ਡਿਫਰੈਂਸ਼ੀਅਲ ਇਕੁਏਸ਼ਨਸ ਚੈਪਟਰ ਨੰਬਰ 9 ਦਾ 9.5 ਐਕਸਰਸਾਈਜ਼ ਕਰਦੇ ਪਏ ਸੀ। 9ਵਾਂ ਕੁਐਸਚਨ ਕਰਨ ਲੱਗੇ। 9ਵੇਂ ਕੁਐਸਚਨ 'ਚ ਦੇਖੋ, ਆਪਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਕਰਦੇ ਪਏ ਹਾਂ, ਉਹਦੇ ਲਈ ਆਪਾਂ ਨੂੰ ਸ਼ਕਲ ਚਾਹੀਦੀ ਹੈ ਡੀ ਵਾਈ ਬਾਈ ਡੀ ਐਕਸ ਪਲੱਸ ਪੀ ਵਾਈ ਬਰਾਬਰ ਕਿਊ। ਹੁਣ ਇਹ ਸ਼ਕਲ ਇਹਦੇ ਨਾਲ ਦੂਰ ਦੂਰ ਤੱਕ ਨਹੀਂ ਮਿਲਦੀ, ਪਰ ਕਿਉਂਕਿ ਆਪਾਂ ਨੂੰ ਪਤਾ ਕਿ ਇਹ ਐਕਸਰਸਾਈਜ਼ 9.5 ਹੈ ਜਿਹਦੇ 'ਚ ਸਾਰੇ ਕੁਐਸਚਨ ਇੱਦਾਂ ਦੇ ਹੈ, ਤਾਂ ਆਪਾਂ ਨੂੰ ਪਹਿਲਾਂ ਹੀ ਦਿਮਾਗ 'ਚ ਆਪਾਂ ਸੈੱਟ ਹੈ ਕਿ ਆਪਾਂ ਇਹਨੂੰ ਇੱਦਾਂ ਨਾ ਕਰਨਾ। ਪਰ ਜੇ ਇਹ ਨਾ ਐਕਸਰਸਾਈਜ਼ 9.5 ਹੁੰਦੀ ਤਾਂ ਮੈਨੂੰ ਸੋਚਣਾ ਪੈਣਾ ਸੀ। ਤਾਂ ਹਮੇਸ਼ਾ ਯਾਦ ਰੱਖੋ, ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਹਾਂ, ਜਦੋਂ ਵੀ ਇੱਦਾਂ ਦੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਕੁਐਸਚਨ ਆਊਗਾ, ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਟਰਾਈ ਇੱਦਾਂ ਦੀ ਹੀ ਕਰਨੀ ਹੈ ਬਣਾਉਣ ਨੂੰ। ਜੇ ਉਹ ਇਕੁਏਸ਼ਨ ਇੱਦਾਂ ਦੀ ਸ਼ਕਲ ਦੀ ਨਾ ਬਣੀ, ਫਿਰ ਦੂਜੇ ਆ ਵੇਰੀਏਬਲ ਸੈਪਰੇਬਲ ਵਾਲਾ ਕੰਮ ਸੋਚ ਲਓ। ਪਹਿਲਾਂ ਰਫ ਵਰਕ ਇਹ ਹੀ ਟਰਾਈ ਕਰਨੀ ਹੈ ਬਣਾਉਣ। ਕਿਉਂ ਹੁਣ ਇਹਦੇ ਲਈ ਡੀ ਵਾਈ ਬਾਈ ਡੀ ਐਕਸ ਇਕੱਲਾ ਚਾਹੀਦਾ ਹੈ, ਐਕਸ ਨੂੰ ਸਾਰਿਆਂ ਨਾਲ ਕੀ ਕਰ ਦੋਗੇ ਡਿਵਾਈਡ। ਦੂਜੀ ਗੱਲ, ਪਲੱਸ ਤੋਂ ਬਾਅਦ ਵਾਈ ਤੇ ਫੰਕਸ਼ਨ ਆਫ ਐਕਸ ਚਾਹੀਦਾ ਹੈ। ਇੱਥੇ ਤਾਂ ਵਾਈ ਕਾ ਪਿਆ, ਇਹ ਕਾ ਪਿਆ, ਕਿੰਨਾ ਕੁਛ ਵਾਈ ਪਿਆ ਨਾ। ਲੇਕਿਨ ਨਾਲ ਇਹ ਵੀ ਮੈਂ ਦੇਖਦੀ ਪਈ ਹਾਂ ਕਿ ਇਕੱਲਾ ਇਕੱਲਾ ਵਾਈ ਹੈ, ਤੇ ਵਾਈ ਇਹ ਦੋ ਰਕਮਾਂ ਚੋਂ ਕੀ ਕਰ ਲੂੰਗੀ, ਸਾਂਝਾ ਸਾਂਝਾ ਨਿਕਲ ਜੂਗਾ, ਉਵੇਂ ਸੈਟਿੰਗ ਕਰੂੰਗੀ। ਹੁਣ ਮੈਂ ਲਿਖਣ ਲੱਗੀ ਹਾਂ, ਪਹਿਲਾਂ ਮੈਂ ਐਕਸ ਨੂੰ ਸਾਰੀ ਰਕਮ ਨਾਲ ਡਿਵਾਈਡ ਕਰਨ ਲੱਗੀ ਹਾਂ, ਤਾਂ ਡੀ ਵਾਈ ਬਾਈ ਡੀ ਐਕਸ ਪਲੱਸ ਵਾਈ ਬਾਈ ਐਕਸ, ਨਾਲ ਹੀ ਆ ਰਕਮ ਮੈਂ ਅੱਗੇ ਕਰ ਲਈ, ਨਾਲੋ ਨਾਲ ਹੀ ਮੈਂ ਇੱਕ ਸਟੈਪ 'ਚ ਦੋ ਕੰਮ ਕਰਦੇ, ਇੱਕ ਤਾਂ ਐਕਸ ਚੱਕਦਾ, ਇੱਕ ਆਹ ਦੋਵਾਂ ਨੂੰ ਇਕੱਠਾ ਕਰਦਾ, ਕਿਉਂਕਿ ਮੈਂ ਇਹਨਾਂ ਚੋਂ ਕੀ ਕਰਨਾ ਵਾਈ ਬਾਹਰ ਕੱਢ ਲਈ। ਠੀਕ ਹੈ, ਕੋਟ ਐਕਸ, ਤੇ ਹੁਣ ਆ ਐਕਸ ਸੀਗਾ ਮਾਈਨਸ ਐਕਸ ਵਟੇ ਐਕਸ, ਇੱਧਰ ਕੀ ਹੈ ਜੀਰੋ। ਠੀਕ ਹੈ, ਹੁਣ ਇੱਕ ਗੱਲ ਦੇਖੋ, ਆ ਐਕਸ ਇੰਨਾ ਕੱਟਿਆ ਗਿਆ, ਆ ਐਕਸ ਇੰਨਾ ਕੱਟਿਆ ਗਿਆ ਹੈ ਨਾ। ਹੁਣ ਜੋ ਮੈਂ ਤੁਹਾਨੂੰ ਦਿਖਾਉਣ ਲੱਗਾ, ਇਹਦੇ 'ਚ ਵਾਈ ਸਾਂਝਾ ਕੱਢਣ ਲੱਗੀ ਹੈ, ਕੀ ਬਚਿਆ ਇੱਕ ਵਟੇ ਐਕਸ ਪਲੱਸ ਕੋਟ ਐਕਸ, ਤੇ ਵਾਈ ਮੈਂ ਕੱਢ ਲਿਆ ਮਾਈਨਸ ਇੱਕ ਬਰਾਬਰ। ਹੁਣ ਇਸ ਸ਼ਕਲ ਤੇ ਇਸ ਸ਼ਕਲ 'ਚ ਥੋੜ੍ਹਾ ਜਿਹਾ ਫਰਕ ਹੈਗਾ, ਕੀ ਫਰਕ? ਇਹਦੇ 'ਚ ਆਪਣੇ ਕੋਲ ਡੀ ਵਾਈ ਬਟੇ ਐਕਸ, ਇਹਦੇ 'ਚ ਆਪਣੇ ਕੋਲ ਸਿਰਫ ਦੋ ਰਕਮਾਂ ਹੁੰਦੀ ਸੀ ਇੱਕ ਪਾਸੇ, ਇੱਕ ਡੀ ਵਾਈ ਬਟੇ ਐਕਸ, ਦੂਜਾ ਵਾਈ ਵਾਲੀ ਵਾਲੀ ਰਕਮ। ਬਿਨਾਂ ਵਾਈ ਵਾਲੀ ਕੋਈ ਰਕਮ ਇੱਧਰਲੇ ਪਾਸੇ ਨਹੀਂ ਸੀ, ਇੱਥੇ ਆਪਣੇ ਕੋਲ ਡੀ ਵਾਈ ਬਟੇ ਐਕਸ ਹੈ, ਆਹ ਵਾਈ ਵਾਲੀ ਰਕਮ ਹੈ, ਤੀਜੀ ਰਕਮ ਤਾਂ ਹੈ ਹੀ ਨਹੀਂ। ਇਸਦਾ ਮਤਲਬ ਆਪਾਂ ਨੂੰ ਇੱਥੋਂ ਪਤਾ ਚੱਲਦਾ ਪਿਆ ਕਿ ਤੀਜੀ ਰਕਮ ਨੂੰ ਆਪਾਂ ਅਗਲੀ ਲਾਈਨ 'ਚ ਕਿੱਥੇ ਲੈ ਕੇ ਜਾਣਾ ਹੈ, ਦੂਜੇ ਪਾਸੇ, ਉਹ ਆਪਣਾ ਕੀ ਬਣ ਜੂਗਾ, ਕਿਊ ਵੀ ਵੈਲਿਊ। ਸਮਝ ਲੱਗ ਗਈ? ਜਿਹੜੀ ਮੈਂ ਰਕਮ ਲਿਖੀ ਮੈਨੂੰ ਦੇਖ ਦੇਖ ਕੇ ਬਣਾ, ਮੈਂ ਕੋਈ ਨੰਬਰ ਨਹੀਂ ਬਣੀ, ਬਸ ਮੈਂ ਇੱਕ ਆਹ ਰਕਮ ਦਿਮਾਗ 'ਚ ਰੱਖਣੀ ਹੈ, ਬਸ ਉਹਨੂੰ ਦੇਖ ਦੇਖ ਕੇ ਸੈਟਿੰਗ ਕਰਨੀ। ਠੀਕ ਹੈ ਜੀ, ਹੁਣ ਇਹਦੇ ਨਾਲ ਕੰਪੇਅਰ ਕੀਤਾ ਤਾਂ ਪੀ ਦਾ ਮੁੱਲ ਆ ਗਿਆ ਆਹ ਵੀ ਚੀਜ਼ ਇੱਕ ਵਟੇ ਐਕਸ ਪਲੱਸ ਕੋਟ ਐਕਸ। ਠੀਕ ਹੈ ਜੀ, ਤੇ ਕਿਊ ਦਾ ਮੁੱਲ ਆ ਗਿਆ ਇਕੱਲਾ। ਠੀਕ ਹੈ, ਇੰਟੀਗ੍ਰੇਟਿੰਗ ਫੈਕਟਰ ਇੰਟੈਗਰਲ ਪੀ ਡੀ ਐਕਸ, ਇੱਕ ਵਟੇ ਐਕਸ ਪਲੱਸ ਕੋਟ ਐਕਸ ਤੇ ਡੀ ਐਕਸ ਆਈ ਹੈ ਹਨਾ। ਹੁਣ ਇਹਨੂੰ ਮੈਂ ਅਲੱਗ ਅਲੱਗ ਕਰਾਂ, ਇੱਕ ਵਟੇ ਐਕਸ ਡੀ ਐਕਸ ਪਲੱਸ ਕੋਟ ਐਕਸ ਡੀ ਐਕਸ। ਠੀਕ ਹੈ ਜੀ, ਇੱਕ ਵਟੇ ਐਕਸ ਡੀ ਐਕਸ ਦਾ ਇੰਟੈਗਰਲ ਲੋਗ ਪਲੱਸ ਕੋਟ ਐਕਸ ਦਾ ਇੰਟੈਗਰਲ
ठीक है जी। अगले स्टेप च ई log a plus log b बराबर होंगे log of a, मान दो इस गल हूँ log a plus b यानी कि log of x sin x, ए रीजन ठीक है। अगले स्टेप च ई ते log आपस की हो गए कटे रह गए अपने को x sin x, ये हले अपना इंटीग्रेटिंग फैक्टर करते हैं ठीक है जी। सॉल्यूशन ले y into integrating factor x sin x is equal to integral क्या हो कितना एक ते integrating factor x sin x dx plus c, अपना काम हो दो खत्म हो चुका। जो एस इंटीग्रल की वैल्यू आ जाएगी, एस इंटीग्रल की वैल्यू बहुत बार कटी हुई है, सौखी भी है, किवें है इनू फर्स्ट फंक्शन मान लिए इनू सेकंड फंक्शन हूँ एक थे अगे इसको पहला भी कितना का क्वेश्चन आया सी जिंदे च मेरे को पहला फंक्शन ex sin x सीगा मैं उस इंटीग्रल नु स्पेशल आई नाम दिता सी ते अगे आपा कीता सी गल याद है। हुन इत्थे मैं क्यों नहीं इनू आई नाम दे रही क्योंकि उत्थे ए रीजन सी कि जेडे दोवे फंक्शन x दे सी ओ खत्म नहीं होण वाले सी, इत्थे जेड़ा एक फंक्शन x है इहने खत्म होए ना एक स्टेप च ਤਾਂ ਮੈਂ ਇੱਥੇ ਨੂੰ ਅਲੱਗ ਆਈ ਨਾਮ ਦੇਣ ਦੀ ਲੋੜ ਨਹੀਂ, ਇੱਥੇ ਸਿੱਧਾ ਐਵੇਂ ਚੱਕਾ। ਜੇ ਤੁਸੀਂ ਅਲੱਗ ਤੋਂ ਆਈ ਨਾਮ ਦੇ ਕੇ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਕੋਈ ਗਲਤ ਨਹੀਂ। ਇੱਥੇ ਸਾਈਡ ਤੇ ਕਰੋ ਹੱਲ ਇੰਟੈਗਰਲ, ਜਵਾਬ ਕੱਢ ਲਓ ਇੱਥੇ ਰੱਖ, ਪਰ ਮੈਨੂੰ ਇੱਥੇ ਇੰਨੀ ਜ਼ਿਆਦਾ ਲੋੜ ਨਹੀਂ ਦਿਖਦੀ ਕਿਉਂਕਿ ਇੱਥੇ ਇਹਨੇ ਐਸ ਨੇ ਅਗਲੇ ਸਟੈਪ 'ਚ ਖਤਮ ਹੋ ਜਾਣਾ, ਕੋਈ ਜ਼ਿਆਦਾ ਲੰਬਾ ਚੌੜਾ ਹੈ ਨਹੀਂ ਠੀਕ ਹੈ। ਪਹਿਲਾ ਫੰਕਸ਼ਨ ਹੋ ਗਈ, ਸੈਕਿੰਡ ਦਾ ਇੰਟੈਗਰਲ ਮਾਈਨਸ ਫੋਰ ਐਕਸ माइनस पहले का डेरिवेटिव 1 sin x इंटीग्रल माइनस cos x dx प्लस c y x sin x, फिर x y sin x माइनस x cos x, आ माइनस माइनस प्लस हो गए, cos x इंटीग्रल sin x प्लस c, लो जी आ जवाब ਚਾਹੀਦਾ ਹੁਣ ਇੱਥੇ ਆਪਾਂ ਆਪਣੇ ਹਿਸਾਬ ਨਾਲ ਬਦਲ ਕੀ ਕਰਨ ਲੱਗੀ ਹੈ, ਵਾਈ ਦੀ ਜਗ੍ਹਾ ਐਕਸ, ਐਕਸ ਦੀ ਜਗ੍ਹਾ ਵਾਈ, ਇੱਥੇ ਫਿਰ ਇਹ ਬਣ ਜੂਗਾ ਐਕਸ, ਫਿਰ ਪੀ ਦੇ ਕਿਉਂ ਫੰਕਸ਼ਨ ਕਿੰਨੇ ਹੋ ਜਾਣਗੇ ਵਾਈ ਦੇ। ਹੁਣ ਇਸ ਹਿਸਾਬ ਨਾਲ ਇੱਥੇ ਸੈਟਿੰਗ ਕਰਨੀ, ਫਿਰ ਇਹ ਸੈਟਿੰਗ ਲਈ ਮੈਨੂੰ ਡੀ ਐਕਸ ਬਾਈ ਡੀ ਵਾਈ ਚਾਹੀਦਾ ਹੈ, ਆਹ ਚੀਜ਼ ਨੂੰ ਮੈਂ ਦੂਜੇ ਪਾਸੇ ਲੈ ਕੇ ਗਈ ਹੈ ਚੱਲੀ ਹੈ, ਹੁਣ ਆਪਾਂ ਪਹਿਲਾਂ ਦੱਸੋ ਕਿੰਨੀਆਂ ਰਕਮਾਂ, ਇੱਕ ਕਿ ਦੋ, ਠੀਕ ਹੈ। ਹੁਣ ਮੈਨੂੰ ਪੀ ਇੱਧਰ ਚਾਹੀਦਾ ਐਕਸ ਵਾਲੀ ਰਕਮ,
ਹੁਣ ਇੱਥੋਂ ਐਕਸ ਵਾਲੀ ਰਕਮ ਇੱਧਰ ਲੈ ਕੇ, ਹੁਣ ਇਹ ਦੋ ਰਕਮ ਹੈ ਕਿ ਇੱਕ ਰਕਮ ਹੈ? ਦੋ ਦੋ ਹੁਣ ਕਰਨ ਦੋ ਹੈ ਕਿਉਂਕਿ ਵਿੱਚ ਪਲੱਸ ਆ ਗਈ, ਤਾਂ ਹੁਣ ਇਹ ਰਕਮ ਦੂਜੇ ਪਾਸੇ ਲੈ ਕੇ ਜਾਊਂਗੇ ਤਾਂ ਨਿਸ਼ਾਨ ਵਧੂਗੀ ਮਾਈਨਸ। ਹੁਣ ਇਹ ਇੱਦਾਂ ਦੀ ਸ਼ਕਲ ਵੀ ਬਣ ਗਿਆ, ਠੀਕ ਹੈ। ਪੀ ਆ ਗਿਆ ਇੱਥੇ ਮਾਈਨਸ ਇੱਕ, ਕਿਉਂ ਕਿੰਨਾ ਆ ਗਿਆ? ਇੰਟੀਗ੍ਰੇਟਿੰਗ ਫੈਕਟਰ ਸੌਖਾ ਹੀ ਹੈ, ਈ ਇੰਟੈਗਰਲ ਪੀ, ਹੁਣ ਇੱਥੇ ਡੀ ਐਕਸ ਨਹੀਂ ਡੀ ਵਾਈ, ਈ ਇੰਟੈਗਰਲ ਮਾਈਨਸ 1 ਡੀ ਵਾਈ, ਯਾਨੀ ਕਿ ਆ ਗਿਆ ਈ ਮਾਈਨਸ 1, ਠੀਕ ਹੈ ਜੀ। ਹੁਣ ਇਹ ਸੋਲੂਸ਼ਨ ਕੀ ਆ ਗਿਆ ਆਪਣੇ ਕੋਲ? ਵਾਈ, ਹੁਣ ਇੱਥੇ ਆਪਾਂ ਐਕਸ ਵਾਈ ਲਿਖਦੇ ਸੀ, ਹੁਣ ਕੀ ਲਿਖਾਂਗੇ? ਐਕਸ ਇੰਟੀਗ੍ਰੇਟਿੰਗ ਫੈਕਟਰ ਈ ਮਾਈਨਸ ਵਾਈ ਬਰਾਬਰ ਇੰਟੈਗਰਲ ਕਿਉਂ ਕਿੰਨਾ ਵਾਈ ਦੇ ਨਾਲ ਇੰਟੀਗ੍ਰੇਟਿੰਗ ਫੈਕਟਰ ਈ ਮਾਈਨਸ ਵਾਈ ਡੀ ਵਾਈ ਪਲੱਸ। ਹੁਣ ਇੱਥੇ ਲਾਈਏ ਫਸਟ ਫੰਕਸ਼ਨ ਤੇ ਸੈਕਿੰਡ ਫੰਕਸ਼ਨ, ਇਹਨੇ ਵੀ ਖਤਮ ਹੋ ਹੀ ਜਾਣਾ, ਵਾਈ ਨੇ ਵਾਈ ਨੇ ਖਤਮ ਹੋ ਜਾਣਾ, ਇਸ ਕਰਕੇ ਮੈਂ ਅਲੱਗ ਤੋਂ ਨਹੀਂ ਕਰਨ ਲੱਗੀ, ਇੱਥੇ ਹੀ ਇੱਕ ਸਟੈਪ ਖਤਮ ਕਰ ਦਿੱਤੀ। ਐਕਸ ਈ ਮਾਈਨਸ ਵਾਈ ਫਸਟ ਫੰਕਸ਼ਨ ਉਵੇਂ, ਦੂਜੇ ਦਾ ਇੰਟੈਗਰਲ, ਠੀਕ ਹੈ ਜੀ। ਮਾਈਨਸ ਡੈਰੀਵੇਟਿਵ ਆਫ ਫਸਟ ਵਾਈ ਦਾ ਇੱਕ, ਇੰਟੈਗਰਲ ਆਫ ਸੈਕਿੰਡ ਨਹੀਂ ਹੁੰਦਾ, ਪਹਿਲੇ ਫਸਟ ਫੰਕਸ਼ਨ ਉਵੇਂ ਦੂਜੇ ਦਾ ਇੰਟੈਗਰਲ ਕਿੰਨਾ ਆਉਂਦਾ? ਈ ਵੀ ਮਾਈਨਸ ਵਾਈ ਅਤੇ ਇੰਟੈਗਰਲ ਕਿੰਨਾ? ਮਾਈਨਸ ਮਾਈਨਸ ਇੰਟੈਗਰਲ, ਪਹਿਲੇ ਦਾ ਡੈਰੀਵੇਟਿਵ ਕਿੰਨਾ ਹੁੰਦਾ? ਇੱਕ, ਇਹਦਾ ਇੰਟੈਗਰਲ ਸਮਝ ਲੱਗ ਗਈ।